ਤਾਂ ਅਗਰ ਕੋਈ ਕਿਸੇ ਨੂੰ ਲੱਖ ਦੋ ਲੱਖ ਆਫਰ ਕਰ ਰਿਹਾ ਤੇ ਉਹ ਮਾਡਲ ਨੂੰ ਖੁਦ ਹੀ ਸਮਝ ਆਣਾ। ਬਾਲੀਵੁੱਡ ਦੇ ਕਾਫੀ ਫਿਲਮ ਸਟਾਰਸ ਨਾਲ ਅਸੀਂ ਕੰਮ ਕੀਤਾ, ਟੌਪ ਐਂਡ ਮਾਡਲਸ ਨਾਲ ਕੀਤਾ, ਪੰਜਾਬੀ ਦੇ ਕੁਛ ਐਕਟਰਸ ਨਾਲ ਕੀਤਾ। ਮੈਨੂੰ ਯਾਦ ਹੈ ਕਿ ਜਦ ਮੈਂ ਸਨੀ ਲਿਓਨੀ ਦਾ ਸ਼ੂਟ ਅਸੀਂ ਕਰਨ ਗਏ ਸੀ ਥਾਈਲੈਂਡ, ਬੈਂਕੌਕ ਥਾਈਲੈਂਡ, ਤੇ ਉੱਥੇ ਅਸੀਂ ਤੇ ਸਨੀ ਲਿਓਨੀ ਨੂੰ ਇੱਕ ਜੇ ਤਾਂ ਤਸਵੀਰ ਪੂਰੀ ਪਹਿਰਾਵੇ ਦੇ ਵਿੱਚ ਹੋਵੇ ਫਿਰ ਤਾਂ ਪੋਜ਼ਿਟਿਵ ਕਮੈਂਟ ਆ ਜਾਣਗੇ, ਕੋਈ 10-15 ਜਣੇ ਜਿਹੜੇ ਨੈਗੇਟਿਵ ਕਮੈਂਟ ਕਰ ਦੇਣਗੇ, ਪਰ ਜਦੋਂ ਕੋਈ ਅਜਿਹੀ ਫੋਟੋ ਆ ਜਾਂਦੀ ਹੈ ਉਦੋਂ ਬੜੀਆਂ ਉਹਨੂੰ ਲਾਹਨਤਾਂ ਪਾਉਂਦੇ ਆ ਕਿ ਇਹ ਕੀ ਹੈ, ਕਹਿੰਦੇ ਇਹ ਪਹਿਰਾਵਾ ਹੈ, ਇਹ ਇੰਡੀਆ ਦਾ ਕਲਚਰ ਹੈ, ਇਹ ਪੰਜਾਬ ਦਾ ਕਲਚਰ ਹੈ, ਇਹ ਹਰਿਆਣਾ ਦਾ ਕਲਚਰ ਹੈ, ਵੀ ਪਹਿਰਾਵੇ 'ਚ ਕਿਉਂ ਨਹੀਂ ਰਹਿੰਦੇ। ਇਹ ਜੇ ਉਹ ਲੋਕ ਕਮੈਂਟ ਇੱਦਾਂ ਦੇ ਕਰਦੇ ਨਾ, ਹੋ ਸਕਦਾ ਉਹਦੇ 8-10% ਜੈਨੂਇਨ ਵੀ ਹੋਣ ਲੋਕ, ਲੇਕਿਨ 90% ਲੋਕ ਉਹੀ ਨੇ ਜਿਹੜੇ ਲਿਖਦੇ ਨੇ ਜਿਹਨਾਂ ਨੂੰ ਜ਼ਿਆਦਾ ਸਵਾਦ ਆਉਂਦਾ ਐਵੇਂ ਦੀ ਫੋਟੋਆਂ ਦੇਖ ਕੇ। ਜਿਸ ਇੰਡਸਟਰੀ 'ਚ ਹੁੰਦੇ ਹਾਂ, ਜਿਸ ਕੰਮ ਨੂੰ ਕਰ ਰਹੇ ਹੁੰਦੇ ਹਾਂ, ਆਪਾਂ ਨੂੰ ਉੱਦਾਂ ਦਾ ਪਹਿਨਾਵਾ ਜਾਂ ਉੱਦਾਂ ਦੀ ਲੁੱਕ ਰੱਖਣ 'ਚ ਕੋਈ ਬੁਰਾਈ ਥੋੜ੍ਹੀ ਹੈ। ਔਜ਼ਾਰ ਬੋਡਕਾਸਟ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਅੱਜ ਇਹ ਬੋਡਕਾਸਟ ਅਸੀਂ ਇੱਕ ਉਸ ਫੋਟੋਗ੍ਰਾਫਰ ਦੇ ਨਾਲ ਕਰਾਂਗੇ ਜਿਸਨੇ ਹੁਣ ਤੱਕ ਵੱਡੀਆਂ ਮਹਾਨ ਹਸਤੀਆਂ, ਵੱਡੀਆਂ ਸੈਲੀਬ੍ਰਿਟੀਜ਼ ਦੇ ਨਾਲ ਫੋਟੋਆਂ ਦਾ ਕੰਮ ਕਰ ਚੁੱਕੇ ਨੇ, ਕਿਉਂਕਿ ਇਹ ਇੰਡਸਟਰੀ ਦੇ ਵਿੱਚ ਅਜਿਹੀ ਬਰੀਕੀ ਦੇ ਵਿੱਚ ਕੰਮ ਕਰਦੇ ਨੇ, ਇਹਨਾਂ ਨੂੰ ਬੜਾ ਪਤਾ ਹੁੰਦਾ ਅਤੇ ਆਪਣੇ ਪਿੰਡੇ 'ਤੇ ਬੜੀਆਂ ਚੀਜ਼ਾਂ ਹੰਢਾਉਂਦੇ ਨੇ, ਕਿਉਂਕਿ ਲੋਕਾਂ ਦੇ ਵੱਖਰੇ ਵੱਖਰੇ ਜਿਹੜੇ ਨੇ ਸਵਾਦ ਹੁੰਦੇ ਨੇ, ਵੱਖਰੇ ਵੱਖਰੇ ਟਿੱਪਣੀਆਂ ਹੁੰਦੀਆਂ ਨੇ, ਔਰ ਉਹਨਾਂ ਨੂੰ ਵੀ ਦੇਖਦੇ ਹੋਏ, ਕਿਉਂਕਿ ਜਦੋਂ ਫੋਟੋ ਲੈਂਦੇ ਆ, ਫੋਟੋ ਖਿੱਚਦੇ ਆ, ਬੜੀ ਬਰੀਕੀ ਦੇ ਵਿੱਚ ਧਿਆਨ ਰੱਖਣਾ ਪੈਂਦਾ, ਕਿਉਂਕਿ ਸਾਹਮਣੇ ਵਾਲਾ ਜਿਹੜੇ ਕਲਾਕਾਰ ਹੈ, ਕੋਈ ਵੱਡਾ ਐਕਟਰ ਹੈ ਜਾਂ ਕੋਈ ਐਕਟਰਸ ਹੈ, ਉਹ ਇਤਰਾਜ਼ ਵੀ ਕਰ ਦਿੰਦੇ ਆ ਕਿ ਕਿਸ ਤਰੀਕੇ ਨਾਲ ਫੋਟੋ ਲੈਣੀ ਹੈ, ਕਿਸ ਤਰੀਕੇ ਨਾਲ। ਇਹਨਾਂ ਦੀ ਜਰਨੀ ਬਾਰੇ ਗੱਲ ਕਰਾਂਗੇ, ਸਾਡੇ ਨਾਲ ਪਰਮਜੀਤ ਚਾਵਲਾ ਨੇ, ਤਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੰਡਸਟਰੀ ਪਹਿਲਾਂ ਕਿੱਥੇ ਸੀਗੀ ਅਤੇ ਹੁਣ ਕਿੱਥੇ ਆ ਅਤੇ ਹੁਣ ਕਿੰਨਾ ਕੁ ਸੁਧਾਰ ਆਇਆ ਹੋਇਆ। ਸਰ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਔਜ਼ਾਰ ਟੀਵੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਬੋਡਕਾਸਟ ਸ਼ੁਰੂ ਕੀਤਾ ਕਿਉਂਕਿ ਸਾਰੇ ਪੋਡਕਾਸਟ ਕਰਦੇ ਨੇ, ਅਸੀਂ ਬੋਡਕਾਸਟ ਸ਼ੁਰੂ ਕਰ ਲਿਆ। ਠੀਕ ਹੈ, ਬਹੁਤ ਵਧੀਆ, ਤੁਹਾਨੂੰ ਮੁਬਾਰਕ। ਧੰਨਵਾਦ। ਜਿਵੇਂ ਤੁਸੀਂ ਪੰਜਾਬੀ ਫਿਲਮ ਇੰਡਸਟਰੀ, ਹਾਲੀਵੁੱਡ, ਬਾਲੀਵੁੱਡ ਸਭ ਥਾਂ ਆਪਣੀ ਨਜ਼ਰਾਂ ਟਿਕਾਈ ਰੱਖਦੇ ਹੋ, ਤੁਹਾਡੇ ਕੈਮਰੇ ਦੀ ਨਿਗਾਹ ਟਿਕੀ ਹੁੰਦੀ ਹੈ, ਬੜੀ ਦੂਰ ਤੱਕ ਤੁਹਾਡੀ ਪਹੁੰਚ ਹੈ, ਅਤੇ ਤੁਹਾਡੇ ਬਾਰੇ ਪਹਿਲਾਂ ਥੋੜ੍ਹਾ ਦੱਸੋ ਕਿ ਤੁਹਾਡਾ ਇੱਧਰ ਜੁੜਨਾ ਕਿਵੇਂ ਬਣਿਆ। ਮੇਰਾ ਐਡਵਰਟਾਈਜ਼ਿੰਗ ਔਰ ਫੈਸ਼ਨ ਫੋਟੋਗ੍ਰਾਫੀ 'ਚ ਆਉਣ ਦਾ ਕੋਈ ਐਸਾ ਫਿਕਸ ਨਹੀਂ ਸੀਗਾ, ਇਹ ਤਾਂ ਸਭ ਅਚਾਨਕ, ਇੱਕ ਕਹਿੰਦੇ ਨਾ ਓਵਰ ਨਾਈਟ ਕੋਈ ਸੁਪਨਾ ਆਇਆ ਔਰ ਉਹਨੂੰ ਪੂਰਾ ਕਰਨ ਦੀ ਸੋਚ ਲਈ। ਓਕੇ। ਅਤੇ ਬਿਕੋਜ਼ ਮੇਰਾ ਆਲਰੇਡੀ ਬਿਜ਼ਨਸ ਬਹੁਤ ਅੱਛਾ ਚੱਲ ਰਿਹਾ ਸੀਗਾ, ਇਕੱਲੇ ਦਾ ਸਾਡਾ ਟਰਾਂਸਪੋਰਟ ਬਿਜ਼ਨਸ, ਆਟੋਮੋਬਾਈਲ ਬਿਜ਼ਨਸ ਸਭ ਬਹੁਤ ਵਧੀਆ ਸੀਗਾ। ਬਸ ਅਚਾਨਕ ਇੱਕ ਖਿਆਲ ਸੀ ਆਇਆ ਕਿ ਨਹੀਂ ਯਾਰ, ਜ਼ਿੰਦਗੀ ਕੁਛ ਅਲੱਗ ਵੀ ਕਰਨਾ ਅਤੇ ਮੇਰਾ ਜ਼ਿੰਦਗੀ ਧਮਾਕਾ ਤਾਂ ਪਤਾ ਨਹੀਂ ਕਰਨਾ ਕਿ ਨਹੀਂ, ਬਟ ਹਾਂ ਮੇਰਾ ਗਲੈਮਰ, ਫੈਸ਼ਨ, ਐਡਵਰਟਾਈਜ਼ਿੰਗ, ਫੈਸ਼ਨ ਫੋਟੋਗ੍ਰਾਫੀ, ਇਹਨਾਂ ਸਭ ਚੀਜ਼ਾਂ ਨਾਲ, ਨੇਚਰ ਨਾਲ ਬੜਾ ਜੁੜਾਵ ਸੀਗਾ ਸ਼ੁਰੂ ਤੋਂ ਹੀ। ਅਤੇ ਮੈਨੂੰ ਲੱਗਿਆ ਅਚਾਨਕ ਹੀ ਇੱਕ ਐਸਾ ਕੋਈ ਮੂਵਮੈਂਟ ਆਇਆ, ਇੱਕ ਰੀਜ਼ਨ ਬਣਿਆ ਕਿ ਮੈਂ ਫੋਟੋਗ੍ਰਾਫੀ 'ਚ ਜਦ ਆਇਆ, ਲੇਕਿਨ ਮਜ਼ੇ ਦੀ ਗੱਲ ਹੈ ਉਸ ਟਾਈਮ ਮੈਨੂੰ ਇਹ ਨਹੀਂ ਪਤਾ ਸੀ ਫੋਟੋਗ੍ਰਾਫੀ ਦਾ ਐਕਚੁਲੀ ਮਤਲਬ ਕੀ ਹੁੰਦਾ ਹੈ ਔਰ ਐਡਵਰਟਾਈਜ਼ਿੰਗ ਮਕਸਦ ਕੀ ਹੈ ਇਸਦਾ। ਹਾਂ, ਉਹ ਕਿੰਨੀ ਬਾਰੀਕੀ ਨਾਲ ਕਰਨਾ ਪਏਗਾ, ਮੈਂ ਬੜਾ ਉਹਨੂੰ ਲਾਈਟਲੀ ਸੋਚਿਆ ਸੀਗਾ, ਬਟ ਉਹਨਾਂ ਸੀਗਾ ਨਹੀਂ ਜਰਨੀ। ਓਕੇ। ਔਰ ਐਡਵਰਟਾਈਜ਼ਿੰਗ ਔਰ ਫੈਸ਼ਨ ਫੋਟੋਗ੍ਰਾਫੀ ਦੀ ਜਿੱਥੇ ਗੱਲ ਕਰੀਏ, ਉੱਥੇ ਤੁਹਾਨੂੰ ਇੱਕ ਮਹਾਰਤ ਪਹਿਲੇ ਹਾਸਲ ਕਰਨੀ ਪੈਂਦੀ, ਸਿੱਖਣਾ ਪੈਂਦਾ।
ਤੇ ਮੇਰੀ ਤਕਰੀਬਨ 5 ਸਾਲ ਦੀ ਤੇ ਸਿੱਖਣ ਦੀ ਜਰਨੀ ਹੈ। ਅੱਛਾ ਜੀ। 5 ਸਾਲ ਮੈਨੂੰ ਫੋਟੋਗ੍ਰਾਫੀ ਸਿੱਖਣ ਵਿੱਚ ਲੱਗੀ। ਉਸ ਟਾਈਮ ਡਿਜੀਟਲ ਫੋਟੋਗ੍ਰਾਫੀ ਨਹੀਂ ਹੁੰਦੀ ਸੀਗੀ। ਔਨ ਦੈਟ ਟਾਈਮ ਇਟ ਵਾਜ਼ ਜਸਟ ਅ ਰੋਲ ਕੈਮਰਾਜ਼। ਓਕੇ। ਕੈਮਰੇ ਦੇ ਵਿੱਚ ਰੋਲ ਪੈਂਦਾ ਸੀਗਾ, ਉਹ ਤੁਸੀਂ ਫਿਰ ਡਿਵੈਲਪ ਵੀ ਕਰਦੇ ਸੀ ਜਾਂ ਕਰਾਉਂਦੇ ਸੀਗੇ, ਪ੍ਰਿੰਟ ਬਣਦੇ ਸੀ, ਸਭ ਕੁਛ ਹੁੰਦਾ ਸੀਗਾ। ਜੋ ਤੁਸੀਂ ਕਲਿੱਕ ਕਰ ਲਿਆ ਬਸ ਹੋਈ ਹੈ। ਬਾਅਦ ਅੱਜ ਦੇ ਜ਼ਮਾਨੇ 'ਤੇ ਅਸੀਂ ਡਿਜੀਟਲ ਦੀ ਦੁਨੀਆ 'ਚ ਆ ਗਏ, ਬਹੁਤ ਕੰਮ ਈਜ਼ੀ ਹੋ ਗਏ, ਔਨ ਦਾ ਸਪੋਟ ਅਸੀਂ ਦੇਖ ਲੈਂਦੇ ਹਾਂ। ਉਸ ਟਾਈਮ ਐਸਾ ਨਹੀਂ ਸੀਗਾ, ਤੁਸੀਂ ਬਹੁਤ ਐਕੂਰੇਸੀ ਨਾਲ ਕੰਮ ਕਰਦੇ ਹੋ, ਔਰ ਕਿਉਂਕਿ ਤੁਹਾਡਾ ਕੰਮ ਜਿਹੜਾ ਹੈਗਾ ਉਹ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ 'ਤੇ ਪ੍ਰਿੰਟ ਹੋਣਾ, ਉਹਨੂੰ ਕਰੋੜਾਂ ਲੋਕਾਂ ਨੇ ਦੇਖਣਾ, ਅਤੇ ਕਿਧਰੇ ਵੀ ਕੋਈ ਗਲਤੀ ਦਾ ਕੋਈ ਗੁੰਜਾਇਸ਼ ਨਹੀਂ ਹੁੰਦਾ। ਇਸ ਕਰਕੇ ਤਕਰੀਬਨ 5 ਸਾਲ ਉਸ ਜ਼ਮਾਨੇ ਲੱਗਦੇ ਸੀ ਸਿੱਖਣ ਵਿੱਚ, ਔਰ ਬਹੁਤ ਪੇਸ਼ੀਅੰਸ ਰੱਖਣਾ ਪੈਂਦਾ ਸੀ 5 ਸਾਲ ਫੋਟੋਗ੍ਰਾਫੀ ਸਿੱਖਣਾ, ਫਿਰ ਕਿਸੇ ਫੋਟੋਗ੍ਰਾਫਰ ਵੱਡੇ ਨਾਲ ਅਸਿਸਟ ਕਰਨਾ, ਅਤੇ ਤਾਂ ਜਾ ਕੇ ਫਿਰ ਤੁਸੀਂ ਇਸ ਮੁਕਾਮ ਤੱਕ ਪਹੁੰਚਦੇ ਹੋ ਕਿ ਆਪਣਾ ਕੰਮ ਸ਼ੁਰੂ ਕਰ ਪਾਓ। ਅੱਛਾ ਸਰ, ਇੰਨਾ ਸੌਖਾ ਸੀਗਾ ਕਿਉਂਕਿ 5 ਸਾਲ ਬੰਦਾ ਸਿੱਖਦਾ ਹੈ, ਹੁਣ ਅੱਜ ਦੇ ਜ਼ਮਾਨੇ 'ਤੇ ਤਾਂ ਮੈਨੂੰ ਲੱਗਦਾ ਨਹੀਂ ਕੋਈ 6-7 ਮਹੀਨੇ ਸਿੱਖਦਾ ਹੋਏਗਾ। ਤੁਸੀਂ 5 ਸਾਲ ਸਿੱਖ? ਮੇਰੇ ਕੋਲ ਬੜੇ ਲੋਕ ਨੇ ਜਿਹੜੇ 5 ਹਫ਼ਤੇ ਫੋਟੋਗ੍ਰਾਫਰ ਕਹਿਣ ਨੂੰ ਬਣ ਜਾਂਦੇ ਨੇ, ਜਾਂ ਕੈਮਰਾ ਰਾਤੀ ਲੈਂਦੇ ਨੇ, ਉਹ ਅਗਲੇ ਦਿਨ ਕਹਿੰਦੇ ਮੈਂ ਫੋਟੋਗ੍ਰਾਫਰ ਬਣ ਗਿਆ। ਇਸ ਤਰ੍ਹਾਂ ਦਾ ਵੀ ਅੱਜ ਕੱਲ੍ਹ ਕਹਿਣ ਨੂੰ ਪ੍ਰੋਫੈਸ਼ਨਲੀ, ਬਟ ਸਿੱਖਣ ਲਈ ਬਹੁਤ ਟਾਈਮ ਲੱਗਦਾ। ਓਕੇ ਸਰ, ਬੜੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਨੇ, ਬੰਦਾ ਸੋਚਦਾ ਕਿ ਹਰ ਕੋਈ ਸੋਚਦਾ ਕਿ ਮੈਂ ਸਕਸੈਸ ਹੋਵਾਂ, ਮੇਰੇ ਕੋਲ ਵੀ ਮਹਿੰਗੀ ਗੱਡੀ ਹੋਵੇ, ਮੇਰੇ ਕੋਲ ਮਹਿੰਗਾ ਘਰ ਹੋਵੇ, ਮੇਰਾ ਮਾਂ ਮੇਰਾ ਪਿਓ ਮੇਰੇ ਬੱਚੇ ਸਭ ਸੁਖੀ ਜਿਉਣ। ਤੁਸੀਂ ਇੰਨੀ ਸਟਰਗਲ ਕੀਤਾ ਪਿੰਡੇ 'ਤੇ ਹੰਢਾਇਆ, ਹੁਣ ਤੱਕ ਪਾ ਲਈਆਂ ਉਹ ਚੀਜ਼ਾਂ? ਦੇਖੋ, ਜਿੱਥੇ ਤੱਕ ਪੈਸੇ ਵਾਲੀ ਤੁਸੀਂ ਗੱਲ ਕਹੀ ਨਾ, ਜਦ ਮੈਂ ਇਸ ਪ੍ਰੋਫੈਸ਼ਨ ਵਿੱਚ ਆਇਆ ਸੀ, ਮੇਰੇ ਕੋਲ ਉਸ ਟਾਈਮ ਉਸ ਤੋਂ ਪਹਿਲੇ ਪੈਸਾ ਬਹੁਤ ਸੀਗਾ, ਇਹਦੇ 'ਚ ਆ ਕੇ ਸਭ ਖਰਚ ਗਵਾਇਆ ਨਹੀਂ, ਖਰਚ ਕੀਤਾ। ਓਕੇ। ਸੈਲਫ ਲਰਨਿੰਗ, ਫਿਰ ਮੈਂ ਜਿਵੇਂ ਦੱਸਿਆ 5 ਸਾਲ ਮੈਨੂੰ ਸਿੱਖਣ 'ਤੇ ਲੱਗੇ, ਮੈਂ ਸਕੂਲ ਜਾਂ ਕਾਲਜ ਤੋਂ ਨਿਕਲ ਕੇ ਸਿੱਖਣਾ ਸ਼ੁਰੂ ਨਹੀਂ ਕੀਤਾ ਸੀ। ਓਕੇ। ਜਦ ਮੈਂ ਸਿੱਖਣਾ ਸ਼ੁਰੂ ਕੀਤਾ ਸੀ, ਔਨ ਦੈਟ ਟਾਈਮ ਮਾਈ ਏਜ ਵਾਸ 35 ਈਅਰ ਓਲਡ। ਓਕੇ। ਮੈਂ ਆਲਰੇਡੀ 13 ਸਾਲ ਤੋਂ ਬਿਜ਼ਨਸ ਆਪਣਾ ਕਰ ਰਿਹਾ ਸੀਗਾ, ਜਿਹਦੇ ਵੈਲ ਇਸਟੈਬਲਿਸ਼ ਬਿਜ਼ਨਸ। ਓਕੇ, ਕੀ ਕਰ ਰਹੇ ਸੀ? ਮੇਰਾ ਆਟੋਮੋਬਾਈਲ ਦਾ ਕੰਮ ਸੀਗਾ। ਔਰ ਜਦ ਮੈਂ ਇਸ ਲਾਈਨ 'ਚ ਆਇਆ, ਕਦਮ ਰੱਖਿਆ ਪਹਿਲੀ ਵਾਰੀ, ਉਸ ਟਾਈਮ ਆਈ ਵਾਜ਼ ਅ ਮੈਰਿਡ ਗਾਏ, ਮੈਂ ਕੋਈ ਸਕੂਲ ਕਾਲਜ ਦਾ ਸਟੂਡੈਂਟ ਨਹੀਂ ਸੀਗਾ। ਓਕੇ। ਐਂਡ ਆਈ ਹੈਵ 3 ਕਿਡਸ, ਮੇਰੇ 3 ਬੱਚੇ ਸੀਗੇ ਜਿਹੜੇ ਸਕੂਲ ਜਾਂਦੇ ਸੀਗੇ, ਅਤੇ 5 ਸਾਲਾਂ ਜਿੰਨਾ ਕਮਾਇਆ ਸੀ ਸਭ ਖਰਚ ਹੋ ਗਿਆ, ਕਿਉਂਕਿ ਮੈਂ 5 ਸਾਲ ਹੀ ਕੁਛ ਨਹੀਂ ਕਮਾਇਆ। ਹਮੇਸ਼ਾ ਕੋਈ ਸੋਚਦਾ ਹੈ ਕਿ ਮੈਂ ਕਮਾਈ ਕਰਨੀ ਹੈ ਅਤੇ ਬੱਚਿਆਂ 'ਤੇ ਲਾਉਣਾ, ਚੰਗੇ ਸਕੂਲਾਂ ਵਿੱਚ ਪੜ੍ਹਾਉਣਾ, ਚੰਗਾ ਸਾਧਨ ਦੇਣਾ, ਚੰਗੀ ਟਿਊਸ਼ਨ ਦੇਣੀ ਹੈ। ਤੁਸੀਂ ਫਿਰ ਆਪਣੇ 'ਤੇ ਲਾਈ ਗਏ? ਨਹੀਂ, ਇੱਦਾਂ ਨਹੀਂ ਹੈ। ਪੈਸਾ ਤਾਂ ਲੱਗਿਆ ਬੱਚਿਆਂ 'ਤੇ, ਤਾਂ ਹੀ ਖਰਚ ਹੋਇਆ। ਮੈਂ ਤਾਂ ਖਾਲੀ ਸਿੱਖ ਰਿਹਾ ਸੀਗਾ। ਓਕੇ। ਜਾਂ ਫਿਰ ਮੈਂ ਉਸ ਤੋਂ ਬਾਅਦ ਕੁਛ ਬਹੁਤ ਹੀ ਐਕਸਪੈਂਸਿਵ ਕੈਮਰਾਜ਼ ਲਏ। ਓਕੇ। ਪ੍ਰੋਫੈਸ਼ਨਲ ਕੈਮਰਾਜ਼, ਮਾਮੀਆਸ, ਹੈਜ਼ਲ ਬਲੇਡ, ਉਹ ਸਭ ਚੀਜ਼ਾਂ ਬਹੁਤ ਮਹਿੰਗੀਆਂ ਸੀ ਉਸ ਟਾਈਮ ਜੀ, ਅੱਜ ਦੇ ਮੁਕਾਬਲੇ। ਮੈਨੂੰ ਯਾਦ ਹੈ ਪਹਿਲਾ ਵੱਡਾ ਕੈਮਰਾ ਜਿਹੜਾ ਮੈਂ ਮਾਮੀਆ ਲਿਆ ਸੀ, ਦੈਟ ਵਾਜ਼ ਫੋਰ 6.5 ਲੱਖ ਇਨ ਈਅਰ 2001। ਅੱਛਾ ਜੀ। ਹਾਂ। ਸੋ ਮੇਰਾ ਪੈਸਾ ਫੋਟੋਗ੍ਰਾਫੀ 'ਤੇ ਲੱਗਿਆ ਤਾਂ ਉਸੀ ਵਜ੍ਹਾ ਨਾਲ, ਲੇਕਿਨ ਬੱਚਿਆਂ ਨੂੰ ਪਾਲਣਾ, ਸਕੂਲ ਭੇਜਣਾ, ਅੱਛੇ ਸਕੂਲ ਜਾਂਦੇ, ਅਤੇ ਉਹ ਖਰਚਾ ਤਾਂ ਰੂਟੀਨ 'ਚ ਹੁੰਦਾ ਹੀ ਹੈ, ਕਾਰਾਂ ਵੀ ਮੇਨਟੇਨ ਕਰਨੀਆਂ, ਉਹ ਸਭ ਕਰਦੇ ਕਰਦੇ 5 ਸਾਲ, ਲੇਕਿਨ ਕਮਾਇਆ ਨਹੀਂ, ਇਸ ਲਈ ਬੈਂਕ ਬੈਲੈਂਸ 0 ਹੋ ਜਾਂਦਾ ਤੁਹਾਡਾ। ਔਰ ਇਹ ਬੜਾ ਵੱਡਾ ਰਿਸਕ ਸੀ, ਇਹ ਬੜਾ ਵੱਡਾ ਰਿਸਕ ਸੀ ਮੈਂ ਲਾਈਫ 'ਚ ਲਿਆ। ਔਰ ਮੇਰੇ ਅਫਕੋਰਸ ਤਾਂ ਹੀ ਅੱਜ ਅਸ 30 ਸਾਲਾਂ ਤੋਂ ਇਸ ਇੰਡਸਟਰੀ 'ਚ ਜੁੜੇ ਹੋਏ ਹਾਂ, ਔਰ ਕੰਮ ਸਿੱਖਦੇ ਹੋਏ ਵੀ ਅਸੀਂ ਬਹੁਤ ਸਾਰੇ ਸੈਲੀਬ੍ਰਿਟੀਜ਼ ਔਰ ਹਾਲੀਵੁੱਡ ਦੇ ਲੋਕਾਂ ਨਾਲ ਕੰਮ ਕੀਤਾ, ਔਰ ਜਦ ਆਪਣਾ ਵੀ ਸਟਾਰਟ ਕੀਤਾ ਤਾਂ ਵੀ, ਤਾਂ ਤੋਂ ਲੈ ਕੇ ਅੱਜ ਤੱਕ ਅਸੀਂ
ਬਾਲੀਵੁੱਡ ਸਟਾਰਸ ਲਗਾ ਲਓ, ਕ੍ਰਿਕਟ ਸਟਾਰਸ ਲਗਾ ਲਓ, ਹਾਈ ਐਂਡ ਮਾਡਲਸ ਲਗਾ ਲਓ, ਇੰਟਰਨੈਸ਼ਨਲ ਮਾਡਲਸ ਲਗਾ ਲਓ, ਕੈਂਪੇਨਸ ਐਡਵਰਟਾਈਜ਼ਿੰਗ ਦੇ ਵੱਡੇ ਵੱਡੇ ਨੈਸ਼ਨਲ ਇੰਟਰਨੈਸ਼ਨਲ, ਉਹ ਸਭ ਕਰਦੇ ਹੋਏ ਇਹ ਜਰਨੀ ਚੱਲ ਰਹੀ ਹੈ, ਸਕਸੈਸ ਮਿਲੀ ਹੈ ਬਹੁਤ, ਬਹੁਤ ਨਾਮ ਮਿਲਿਆ, ਇੱਜ਼ਤ ਮਿਲੀ ਹੈ। ਇੱਕ ਹਮੇਸ਼ਾ ਹੁੰਦਾ ਹੈ ਜਿਵੇਂ ਤੁਸੀਂ ਹੁਣ ਇੱਜ਼ਤ ਦੀ ਗੱਲ ਕੀਤੀ, ਕੋਈ ਤਸਵੀਰ ਹੈ ਅਜਿਹੀ ਕੋਈ ਬਾਲੀਵੁੱਡ ਐਕਟਰ ਹੋਵੇ ਐਕਟਰਸ ਹੋਵੇ ਉਹ ਜਦੋਂ ਸੋਸ਼ਲ ਮੀਡੀਆ 'ਤੇ ਪਾਉਂਦੇ ਨਾ, ਜੇ ਤਾਂ ਤਸਵੀਰ ਪੂਰੀ ਪਹਿਰਾਵੇ ਦੇ ਵਿੱਚ ਹੋਵੇ ਫਿਰ ਤਾਂ ਪੋਜ਼ੀਟਿਵ ਕਮੈਂਟ ਆ ਜਾਣਗੇ, ਕੋਈ 10-15 ਜਣੇ ਜਿਹੜੇ ਨੈਗੇਟਿਵ ਕਮੈਂਟ ਕਰ ਦੇਣਗੇ, ਪਰ ਜਦੋਂ ਕੋਈ ਅਜਿਹੀ ਫੋਟੋ ਆ ਜਾਂਦੀ ਹੈ ਉਦੋਂ ਬੜੀਆਂ ਉਹਨੂੰ ਲਾਹਣਤਾ ਪਾਉਂਦੇ ਆ ਕਿ ਇਹ ਕੀ ਹੈ, ਕਹਿੰਦੇ ਇਹ ਪਹਿਰਾਵਾ ਹੈ, ਇਹ ਇੰਡੀਆ ਦਾ ਕਲਚਰ ਹੈ, ਇਹ ਪੰਜਾਬ ਦਾ ਕਲਚਰ ਹੈ, ਇਹ ਹਰਿਆਣੇ ਦਾ ਕਲਚਰ ਹੈ, ਵੀ ਪਹਿਰਾਵੇ 'ਚ ਕਿਉਂ ਨਹੀਂ ਰਹਿੰਦੇ। ਇਹ ਜੇ ਉਹ ਲੋਕ ਕਮੈਂਟ ਇੱਦਾਂ ਦੇ ਕਰਦੇ ਨਾ, ਹੋ ਸਕਦਾ ਉਹਦੇ 8-10% ਜੈਨੂਇਨ ਵੀ ਹੋਣ ਲੋਕ, ਲੇਕਿਨ 90% ਲੋਕ ਉਹੀ ਨੇ ਜਿਹੜੇ ਲਿਖਦੇ ਨੇ ਜਿਹਨਾਂ ਨੂੰ ਜ਼ਿਆਦਾ ਸਵਾਦ ਆਉਂਦਾ ਐਵੇਂ ਦੀ ਫੋਟੋਆਂ ਦੇਖ ਕੇ। ਅੱਛਾ, ਇਹ ਗੱਲ ਫੈਕਟ ਹੈ, ਲੈਣਾ ਚਾਹਦੇ ਨਾਲ ਕਮੈਂਟ ਕਰ ਦਿੰਦੇ ਆ। ਯੈਸ, ਔਰ ਆਪਣਾ ਦੇਖਣ ਦਾ ਨਜ਼ਰੀਆ ਵੀ ਤਾਂ ਹੈ। ਤੁਸੀਂ ਆਰਟ ਨੂੰ ਆਰਟ ਦੀ ਨਜ਼ਰ ਨਾਲ ਦੇਖੋ ਨਾ, ਪਹਿਨਾਵੇ ਦੀ ਨਜ਼ਰ ਨਾਲ ਕਿਉਂ ਦੇਖ ਰਹੇ ਹੋ? ਐਵੇਂ ਤਾਂ ਸਾਡੇ ਹਜ਼ਾਰੋਂ ਸਾਲ ਪੁਰਾਣੀ ਮੂਰਤੀਆਂ ਹੈਗਾ ਅਜੰਤਾ ਐਲੋਰਾ 'ਚ, ਅਤੇ ਉੱਥੇ ਤੋੜ ਦਿੰਦੇ ਲੋਕ, ਉਹਨਾਂ ਦਾ ਬਸ ਚੱਲਦਾ ਤਾਂ। ਬਿਲਕੁਲ, ਵੀ ਇਹ ਕੀ ਦਿਖਾ ਰੱਖਿਆ, ਬਿਲਕੁਲ ਅਫਕੋਰਸ ਚੀਜ਼ਾਂ। ਯੈਸ, ਤੋ ਦੇਖਣ ਦੀ ਨਜ਼ਰ ਚਾਹੀਦੀ ਹੈ। ਤੁਸੀਂ ਇੱਕ ਕ੍ਰੀਏਟਿਵ ਜਾਂ ਆਰਟ ਦੀ ਨਜ਼ਰ ਨਾਲ ਦੇਖੋ ਨਾ ਉਹਨੂੰ, ਤੁਹਾਨੂੰ ਕੁਛ ਵੀ ਬੁਰਾ ਨਹੀਂ ਲੱਗੇਗਾ। ਇੱਕ ਪਿੱਛੇ ਜੇ ਰਣਵੀਰ ਕਪੂਰ ਹੋਰਾਂ ਦੀ ਵੀ ਕਾਫੀ ਹੋਈ ਸੀਗੀ ਤਸਵੀਰ ਵਾਇਰਲ। ਹਾਂਜੀ ਬਿਲਕੁਲ, ਉਹਨਾਂ ਨੂੰ ਟ੍ਰੋਲ ਕੀਤਾ ਗਿਆ, ਬੜਾ ਉਹਨਾਂ ਨੂੰ ਫੇਸ ਕਰਨਾ ਪਿਆ। ਤੁਹਾਨੂੰ ਵੀ ਕਦੇ ਅਜਿਹੀਆਂ ਚੀਜ਼ਾਂ ਤੁਹਾਡੇ ਕੈਮਰੇ ਨੇ ਉਹ ਕਲਿੱਕ ਕਰ ਲਈਆਂ ਹੋਣ? ਨਹੀਂ, ਕਰ ਲਿਆ ਨਹੀਂ ਹੁਣ, ਅਸੀਂ ਪਰਪਸਲੀ ਕਰਾਂਗੇ ਤੇ ਕਰਾਂਗੇ, ਵੈਸੇ ਕਲਿੱਕ ਕਿਉਂ ਕਰਾਂਗੇ? ਲੇਕਿਨ ਐਕਟਰਸ ਦੀ ਪਰਮਿਸ਼ਨ ਨਾਲ ਹੀ ਕਰਾਂਗੇ ਅਸੀਂ ਵੀ, ਔਰ ਕਰਦੇ ਹਾਂ। ਟ੍ਰੋਲ ਦੀ ਕਿਹੜੀ ਗੱਲ ਹੈ ਉਹਦੇ 'ਚ? ਆਪਣੀ ਬਿਲਕੁਲ ਜੈਨੂਇਨ ਹੁੰਦੀ ਹੈ, ਜੈਨੂਇਨ ਕਿਉਂ ਨਹੀਂ ਹੋ ਸਕਦੀ? ਔਰ ਜਿਹਨੂੰ ਜੋ ਅੱਛਾ ਲੱਗਦਾ ਉਹ ਕਰ ਰਿਹਾ, ਉਹਦੀ ਇੰਡੀਵਿਜੁਅਲ ਲਾਈਫ ਹੈ। ਅਸੀਂ, ਮੈਨੂੰ ਲੱਗਦਾ ਆਪਣੀ ਮਰਜ਼ੀਆਂ ਦੂਜਿਆਂ 'ਤੇ ਬਹੁਤ ਥੋਪਦੇ ਹਾਂ, ਆਪਣੇ 'ਤੇ ਨਹੀਂ ਥੋਪਦੇ। ਅਸੀਂ ਆਪਣੇ ਬੱਚਿਆਂ 'ਤੇ ਕੰਟਰੋਲ ਕਰ ਸਕਦੇ ਹਾਂ, ਲੇਕਿਨ ਆਪਾਂ ਪੂਰੀ ਦੁਨੀਆ 'ਤੇ ਕਦੇ ਕੰਟਰੋਲ ਕਰ ਸਕਦੇ? ਤੁਹਾਡੇ ਪਹਿਰਾਵੇ 'ਤੇ ਵੀ ਕਮੈਂਟ ਆ ਸਕਦੇ ਹੁਣ, ਕਿਉਂਕਿ ਤੁਹਾਨੂੰ ਦੇਖ ਕੇ ਕਹਿਣਗੇ ਤੁਹਾਡੀ ਲੁੱਕ ਇੱਕ ਸਰਦਾਰ ਵਾਲੀ ਟਰਬਨ ਵਾਲੀ ਲੱਗਦੀ ਹੈ, ਪਿੱਛੇ ਤੁਹਾਡੇ ਜੂੜਾ ਕੀਤਾ ਹੋਇਆ। ਤੁਹਾਨੂੰ ਵੀ ਕਹਿ ਸਕਦੇ ਆ ਕਿ ਵੀ ਤੁਹਾਡਾ ਪਹਿਰਾਵਾ ਵੀ ਸਹੀ ਨਹੀਂ ਹੈਗਾ। ਕਹਿਣ ਨੂੰ ਤਾਂ ਬਿਲਕੁਲ ਕਹਿ ਸਕਦੇ ਨੇ, ਉਹਨਾਂ ਦਾ ਹੱਕ ਹੈ ਕਹਿ ਦੇਣ। ਨੈਗੇਟਿਵ ਕਮੈਂਟ ਆ ਸਕਦੇ ਆ, ਨੈਗੇਟਿਵ ਕਮੈਂਟ ਆ ਸਕਦੇ ਨੇ, ਕੋਈ ਗੱਲ ਨਹੀਂ। ਮੈਂ ਉਹਨਾਂ ਦਾ ਵੀ ਕੋਈ ਗੱਲ ਨਹੀਂ, ਵੈਲਕਮ ਹੈ। ਦੇਖੋ, ਮੈਂ ਇਸ ਪਹਿਨਾਵੇ 'ਚ, ਇਸ ਲੁੱਕ 'ਚ ਬਹੁਤ ਸਾਰੇ ਐਜ਼ ਏ ਐਕਟਰ ਵੀ ਸ਼ੂਟ ਕੀਤੇ ਨੇ, ਐਜ਼ ਏ ਮਾਡਲ ਵੀ ਸ਼ੂਟ ਕੀਤੇ ਨੇ, ਐਂਡ ਪੀਪਲ ਆਰ ਲਾਈਕਿੰਗ ਇਟ। ਆਪਾਂ ਜਿਸ ਇੰਡਸਟਰੀ 'ਚ ਹੁੰਦੇ ਹਾਂ, ਜਿਸ ਕੰਮ ਨੂੰ ਕਰ ਰਹੇ ਹੁੰਦੇ ਹਾਂ, ਆਪਾਂ ਨੂੰ ਉੱਦਾਂ ਦਾ ਪਹਿਨਾਵਾ ਜਾਂ ਉੱਦਾਂ ਦੀ ਲੁੱਕ ਰੱਖਣ 'ਚ ਕੋਈ ਬੁਰਾਈ ਥੋੜ੍ਹੀ ਹੈ। ਇਹ ਤੁਹਾਡਾ ਉਹਦੇ 'ਚ ਕੀ ਬੁਰਾਈ? ਕੰਮ ਆ ਗਿਆ ਤੁਹਾਡਾ, ਇਹ ਕੰਮ ਹੈ। ਬਿਲਕੁਲ ਸਰ, ਆਪਾਂ ਅਕਸਰ ਦੇਖਦੇ ਹਾਂ ਕੁੜੀਆਂ ਨੂੰ ਅਨਕੰਫਰਟੇਬਲ ਮਹਿਸੂਸ ਹੁੰਦਾ, ਕਹਿੰਦੇ ਇੰਡਸਟਰੀ ਦੇ ਵਿੱਚ, ਭਾਵੇਂ ਉਹ ਬੋਲੀਵੁੱਡ ਹੈ ਭਾਵੇਂ ਉਹ ਬੋਲੀਵੁੱਡ ਹੈ, ਬੋਲੀਵੁੱਡ ਤੱਕ ਨਹੀਂ ਜਾਂਦੇ ਆਪਾਂ, ਇੱਥੇ ਰਵਾਂਗੇ। ਹਾਂਜੀ, ਬਹੁਤ ਅਨਕੰਫਰਟੇਬਲ ਹੁੰਦਾ ਹੈ। ਇਹੋ ਜਿਹਾ ਕੀ ਕੁੜੀਆਂ ਤੋਂ ਜਾਂ ਕੀ ਕਹਾ ਦਿੱਤਾ ਜਾਂਦਾ ਜਿਹੜਾ ਅਨਕੰਫਰਟੇਬਲ ਹੁੰਦਾ? ਤੁਸੀਂ ਤਾਂ ਨੇੜੇ ਬਹੁਤ ਸੈਲੀਬ੍ਰਿਟੀਆਂ ਦੀਆਂ ਤਸਵੀਰਾਂ ਲੈਂਦੇ। ਬਿਲਕੁਲ, ਸੈਲੀਬ੍ਰਿਟੀ ਦੇ ਇਲਾਵਾ ਜਿਹੜੇ ਸਾਡੇ ਪਰਿਵਾਰਾਂ 'ਚ, ਆਮ ਪਰਿਵਾਰਾਂ 'ਚ ਵੀ ਕੁੜੀਆਂ ਆਉਂਦੀਆਂ, ਸਭ ਬਹੁਤ ਅੱਛੀਆਂ ਆਉਂਦੀਆਂ। ਇਹ ਤਾਂ ਸਿਰਫ ਲੋਕ ਉਹਨਾਂ ਦਾ ਫਾਇਦਾ ਚੁੱਕਣਾ ਚਾਹੁੰਦੇ ਨੇ। ਪ੍ਰੋਬਲਮ ਕੀ ਹੈਗੀ, ਇਸ ਇੰਡਸਟਰੀ 'ਚ ਜਦ ਕੁੜੀਆਂ ਆਉਂਦੀਆਂ ਤਾਂ ਉਹ ਘਰੋਂ, ਕਈ ਵਾਰੀ ਮੈਕਸੀਮਮ ਕੁੜੀਆਂ ਘਰੋਂ ਅਸਹਿਮਤੀ ਨਾਲ ਆਉਂਦੀਆਂ, ਪੇਰੈਂਟਸ ਨਹੀਂ ਚਾਹ ਰਹੇ ਕੁੜੀ ਮਾਡਲਿੰਗ ਕਰੇ।
ਅੱਜ ਕੱਲ ਤੇ ਫਿਰ ਵੀ ਚਾਹ ਰਹੇ, ਪਹਿਲੇ ਤੇ ਬਿਲਕੁਲ ਨਹੀਂ ਚਾਹੁੰਦੇ ਸੀ, ਕਿਉਂਕਿ ਬੱਚਿਆਂ ਦੇ ਸੁਪਨੇ ਹੁੰਦੇ ਵੀ ਕਿ ਅਸੀਂ ਬੱਚਿਆਂ ਦੇ ਸੁਪਨੇ ਆ ਔਰ ਉਹਦੇ 'ਚ ਕੋਈ ਬੁਰਾਈ ਥੋੜੀ ਹੈ। ਤੇ ਅੱਜ ਕੋਈ ਕੁੜੀ ਆਉਂਦੀ ਉਹ ਘਰੋਂ ਨਿਕਲਦੀ ਹੈ, ਇਸ ਇੰਡਸਟਰੀ 'ਚ ਆਉਂਦੀ ਹੈ, ਉਹਦਾ ਸੁਪਨਾ ਹੁੰਦਾ ਔਰ ਉਹਨੇ ਇੱਕ ਉਹਦਾ ਇੱਕ ਚੈਲੇਂਜ ਹੁੰਦਾ ਖੁਦ ਨੂੰ, ਉਹ ਘਰ ਵੀ ਆਪਣੇ ਫੈਮਿਲੀ ਨੂੰ ਵੀ ਬੋਲ ਕੇ ਆਉਂਦੀ ਕਿ ਮੈਂ ਕੁਛ ਬਣ ਕੇ ਦਿਖਾਵਾਂਗੀ। ਹੁਣ ਉਸ ਸਿਚੁਏਸ਼ਨ 'ਚ ਕੀ ਹੁੰਦਾ, ਇਸ ਇੰਡਸਟਰੀ 'ਚ ਕੁੜੀ ਨੂੰ ਜਿੱਥੇ ਵੀ ਕੰਮ ਲਈ ਜਾਣਾ, ਇਕੱਲੇ ਹੀ ਜਾਣਾ ਮੰਗਣ, ਉਹਦਾ ਬ੍ਰਦਰ, ਉਹਦਾ ਫਾਦਰ ਜਾਂ ਕੋਈ ਹੋਰ ਮਦਰ ਨਾਲ ਨਹੀਂ ਹੈਗੇ। ਓਕੇ, ਸ਼ੀ ਹੈਜ਼ ਟੂ ਗੋ ਅਲੋਨ ਹਰ ਮੀਟਿੰਗ ਲਈ। ਮਤਲਬ ਜੇ ਕੁੜੀ ਜਾ ਰਹੀ ਹੈ, ਕੋਈ ਮਾਡਲ ਜਾ ਰਹੀ ਹੈ, ਉਹਨੂੰ ਇਹ ਪਤਾ ਹੋਏਗਾ ਕਿ ਉਹਦੇ ਨਾਲ ਉੱਥੇ ਕੀ ਹੋ ਸਕਦਾ ਹੈ? ਨਹੀਂ ਪਤਾ ਹੁੰਦਾ, ਇਹ ਤਾਂ ਉੱਥੇ ਜਾ ਕੇ ਹੀ ਪਤਾ ਚੱਲਦਾ ਕਿ ਕਿੱਦਾਂ ਦੇ ਲੋਕ ਹੈਗੇ ਨੇ। ਦੇਖੋ ਇੰਡਸਟਰੀ 'ਚ ਕੌਣ ਪ੍ਰੋਡਿਊਸਰ, ਇੰਨੇ ਅੱਛੇ ਲੋਕ ਹੈਗੇ ਨੇ ਇੰਡਸਟਰੀ 'ਚ ਜਿਹਦਾ ਕੋਈ ਹਿਸਾਬ ਨਹੀਂ ਹੈ, ਲੇਕਿਨ ਕੁਛ ਲੋਕਾਂ ਦੀ ਵਜ੍ਹਾ ਨਾਲ ਇੰਡਸਟਰੀ ਦਾ ਨਾਮ ਵੀ ਖਰਾਬ ਹੁੰਦਾ। ਮੈਕਸੀਮਮ ਲੋਕ ਚੰਗੇ ਹੈਗੇ ਨੇ, ਐਸੀ ਗੱਲ ਨਹੀਂ ਹੈ, ਆਈ ਵਿਲ ਨੋਟ ਕ੍ਰਿਟੀਸਾਈਜ਼ ਪੀਪਲ, ਕਿਉਂਕਿ ਆਮ ਤੌਰ 'ਤੇ ਹੁਣ ਤਾਂ ਬਹੁਤ ਅਨਕੰਫਰਟੇਬਲ ਕੁੜੀਆਂ ਸਾਹਮਣੇ ਵੀ ਆ ਜਾਂਦੀਆਂ ਨੇ ਕਿ ਸਾਡੇ ਨਾਲ ਇਹ ਹੋਇਆ। ਅੱਛਾ, ਦੇਖੋ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਪਹਿਲੇ ਇਹ ਸਭ ਕੁਛ ਹੁੰਦਾ ਹੀ ਨਹੀਂ ਸੀ, ਨਾ ਇੰਟਰਨੈਟ ਸੀ, ਨਾ ਸੋਸ਼ਲ ਮੀਡੀਆ ਸੀ, ਵਿਚਾਰੀ ਦੱਬੀ ਰਹਿ ਜਾ, ਕਿਸੇ ਨੂੰ ਕੁਛ ਪਤਾ ਹੀ ਨਹੀਂ ਚੱਲਦਾ ਸੀ ਕੀ ਹੋ ਗਿਆ। ਹੁਣ ਤਾਂ ਉਹ ਚਾਹੁਣ 'ਤੇ ਕੁਛ ਵੀ ਹੋ ਜਾਂਦਾ, ਪਬਲਿਸ਼ ਕਰਨਾ, ਪਬਲਿਕ ਨੂੰ ਇੱਕ ਪੋਸਟ ਦੇ ਥਰੂ ਸਭ ਕੁਝ ਪਤਾ ਚੱਲ ਜਾਂਦਾ। ਔਰ ਪਬਲਿਕ ਵੀ ਸਾਡੀ ਬੜੀ ਮਸਾਲੇਦਾਰ ਚੀਜ਼ਾਂ ਚਾਹੁੰਦੀ ਹੈ, ਐਵੇਂ ਦੀ ਚੀਜ਼ਾਂ ਵੱਲ ਉਹਨਾਂ ਦੇ ਧਿਆਨ ਵੀ ਜ਼ਿਆਦਾ ਜਾਂਦਾ। ਅਤੇ ਠੀਕ ਹੈ, ਮੈਂ ਕਹਿੰਦਾ ਕੁੜੀਆਂ ਨੂੰ ਬੋਲਣਾ ਚਾਹੀਦਾ, ਅਗਰ ਉਹਨਾਂ ਦੇ ਅਗੇਂਸਟ ਕੁਛ ਹੁੰਦਾ, ਕੁੜੀਆਂ ਨੂੰ ਜ਼ਰੂਰ ਬੋਲਣਾ ਚਾਹੀਦਾ, ਇਸ ਬਾਰੇ ਕਦੇ ਚੁੱਪ ਨਹੀਂ ਰਹਿਣਾ ਚਾਹੀਦਾ, ਭਾਵੇਂ ਨਾਮ ਨਾ ਲੈਣ ਲੇਕਿਨ ਇੰਡਸਟਰੀ ਬਾਰੇ ਗੱਲ ਜ਼ਰੂਰ ਕਰਨ ਕਿ ਸਾਡੇ ਨਾਲ ਇਹ ਮਿਸਬਿਹੇਵ ਹੋਇਆ ਜਾਂ ਸਾਨੂੰ ਡਿਸਕੰਫਰਟ ਫੀਲ ਕਰਾਇਆ ਗਿਆ। ਆਈ ਥਿੰਕ ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਕਿ ਲੱਗਦਾ ਕਿ ਕਾਨੂੰਨ ਉਹਨਾਂ ਦਾ ਸਾਥ ਦਿੰਦਾ ਇਸ ਚੀਜ਼ ਦੇ ਨਾਲ, ਕਿਉਂਕਿ ਪਿੱਛੇ ਜੇ ਅਸੀਂ ਪੂਰੇ ਵੱਡੇ ਪੱਧਰ 'ਤੇ ਦੇਖੀਏ, ਦਿੱਲੀ ਦੇ ਜੰਤਰ ਮੰਤਰ ਦੇ ਇੱਕ ਪ੍ਰਦਰਸ਼ਨ ਹੋਇਆ ਸੀਗਾ ਜਿਸਦੇ ਵਿੱਚ ਮਹਿਲਾਵਾਂ ਪਹਿਲਵਾਨ ਸੀਗੀਆਂ, ਹਾਂਜੀ, ਉਹਨਾਂ ਦੇ ਨਾਲ ਕਹਿੰਦੇ ਬੜਾ ਧੱਕਾ ਹੋਇਆ, ਬਿਲਕੁਲ, ਅਤੇ ਉਹਨਾਂ ਨੂੰ ਜਸਟਿਸ ਨਹੀਂ ਮਿਲਿਆ ਕਹਿੰਦੇ ਹੁਣ ਤੱਕ। ਤੁਹਾਨੂੰ ਲੱਗਦਾ ਕਿ ਜੇ ਕੋਈ ਕੁੜੀ ਦੇ ਨਾਲ ਕੋਈ ਧੱਕਾ ਹੋ ਰਿਹਾ, ਮਿਸਹੈਪਨ ਹੋ ਰਹੀ ਹੈ, ਤਾਂ ਉਸਦਾ ਜਸਟਿਸ ਜਲਦੀ ਮਿਲ ਜਾਏਗਾ? ਮਿਲਣਾ ਚਾਹੀਦਾ, ਕਿਉਂ ਨਹੀਂ ਮਿਲਣਾ ਚਾਹੀਦਾ, ਵਾਈ ਨਾਟ ਬਈ, ਕਿਉਂ ਨਹੀਂ ਮਿਲਣਾ ਚਾਹੀਦਾ? ਅਗਲਾ ਬੰਦਾ ਕਿਹੜਾ, ਇਹ ਵੀ ਹੋ ਸਕਦਾ, ਬੇਸ਼ੱਕ ਉਹ ਤਾਂ ਹੋ ਰਿਹਾ, ਨਜ਼ਰ ਪੂਰੀ ਦੁਨੀਆ ਦੇਖ ਰਹੀ, ਲੇਕਿਨ ਦਿਸ ਇਜ਼ ਨੋਟ ਦਾ ਵੇ। ਤੁਸੀਂ ਇਸੀ ਚੀਜ਼ ਤੋਂ, ਤੁਹਾਡੇ ਕੁਐਸਚਨ ਵਿੱਚ ਇੱਕ ਚੀਜ਼ ਮੈਂ ਨਾਲ ਜੋੜਨਾ ਚਾਹਾਂਗਾ ਕਿ ਜ਼ਿਆਦਾਤਰ ਤੁਸੀਂ ਸੁਣਿਆ ਹੋਣਾ ਇਸ ਇੰਡਸਟਰੀ ਬਾਰੇ, ਫਿਲਮ ਇੰਡਸਟਰੀ, ਮੋਡਲਿੰਗ ਇੰਡਸਟਰੀ 'ਚ ਕੁੜੀਆਂ ਨਾਲ ਇਹ ਹੋ ਗਿਆ, ਇਹ ਤਾਂ ਸਪੋਰਟਸ ਹੈ, ਪੂਜਾ ਹੈ, ਜਿਹੜੇ ਸਪੋਰਟਸ ਟੀਚਰ ਹੈ ਉਹਦਾ ਗੁਰੂ ਹੈ, ਰਾਈਟ, ਬਿਲਕੁਲ, ਉਹਨਾਂ ਨਾਲ ਧੱਕਾ ਕਿਉਂ ਹੋ ਰਿਹਾ? ਔਰ ਹੁਣ ਤਾਂ ਪੂਰੀ ਦੁਨੀਆ ਦੇ ਸਾਹਮਣੇ ਚੀਜ਼ ਆ ਚੁੱਕੀ, ਪੂਰੇ ਵਰਲਡ ਦੇ ਸਾਹਮਣੇ, ਬਟ ਕੀ ਹੋਇਆ? ਤੁਸੀਂ ਫੇਸ ਕੀਤਾ ਕੋਈ ਅਜਿਹਾ ਸੀਨ ਤੁਹਾਡੇ ਸਾਹਮਣੇ, ਕੋਈ ਮਾਡਲ ਰੋਲ ਹੀ ਹੋਵੇ, ਕਿਉਂਕਿ ਤੁਹਾਡਾ ਇਸ ਦੇ ਨਾਲ ਵੀ ਨਾਤਾ ਹੈਗਾ, ਫੈਸ਼ਨਿੰਗ ਦੇ ਨਾਲ ਵੀ? ਦੇਖੋ ਮਾਡਲਸ ਕਈ ਵਾਰੀ ਆ ਕੇ ਮਿਲਦੀਆਂ ਸੀ, ਜਦ ਪਹਿਲੀ ਵਾਰੀ ਆਏ, ਮਿਲੇ, ਗੱਲਬਾਤ ਕੀਤੀ, ਔਰ ਉਹਨਾਂ ਨੂੰ ਅਗਰ ਅੱਛਾ ਲੱਗਦਾ, ਕੌਨਫੀਡੈਂਸ ਆ ਜਾਂਦਾ, ਟਰੱਸਟ ਕਿ ਮੈਂ ਇਸ ਇਨਸਾਨ ਨਾਲ ਗੱਲ ਕਰ ਸਕਦੀ ਹਾਂ, ਐਵੇਂ ਮੇਰੇ ਨਾਲ ਬਹੁਤ ਹੋਇਆ। ਅਤੇ ਕੁੜੀਆਂ ਕਈ ਵਾਰੀ ਦੱਸਦਾ ਹੋਵੇ ਮੇਰੇ ਨਾਲ, ਹਾਂ ਮੈਂ ਉਹੀ ਦੱਸਣ ਲੱਗਾ, ਕਈ ਵਾਰੀ ਕੁੜੀਆਂ ਆਉਂਦੀਆਂ ਸੀ, ਦੱਸਦੀਆਂ ਸੀ, ਸਰ ਜੋ ਚੀਜ਼ ਤੁਸੀਂ ਦੱਸੀ ਸਾਨੂੰ ਇਹਦੇ ਬਾਰੇ ਇਸ ਤਰ੍ਹਾਂ ਨਹੀਂ ਪਤਾ ਸੀਗਾ, ਸਾਨੂੰ ਤਾਂ ਕੁਛ ਹੋਰ ਹੀ ਦੱਸਿਆ ਜਾ ਰਿਹਾ, ਔਰ ਅਸੀਂ ਤਾਂ ਆਪਣਾ ਤਨ ਮਨ ਧਨ ਸਭ ਗਵਾ ਚੁੱਕੇ ਹਾਂ, ਲੇਕਿਨ ਸਾਨੂੰ ਰਸਤਾ ਅੱਜ ਵੀ ਕਿਸੇ ਨੇ ਨਹੀਂ ਦਿਖਾਇਆ। ਇੱਦਾਂ ਬਹੁਤ ਕੁੜੀਆਂ ਨੇ ਮੈਂ ਆ ਕੇ ਮੇਰੇ ਨਾਲ ਆ ਕੇ ਗੱਲ ਕੀਤੀ ਹੈ, ਇੱਕ ਨਹੀਂ ਬਹੁਤ, ਗੁੱਸਾ ਛੋਟਾ ਵਰਡ ਹੈ, ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਤੋਂ ਇੱਕ ਅਸ਼ੇਮਡ ਫੀਲ ਹੁੰਦਾ ਕਿ ਯਾਰ ਕਿਵੇਂ ਦੇ ਲੋਕ ਨੇ ਜੋ ਕੁੜੀਆਂ ਨਾਲ ਇੱਦਾਂ
ਬਿਹੇਵ ਕਰਦੇ ਨੇ ਜਾਂ ਇਹ ਗੱਲ ਬੋਲ ਦਿੰਦੇ ਨੇ, ਲੋਕ ਮੂੰਹ 'ਤੇ ਕੁੜੀ ਨੂੰ ਬਹੁਤ ਕੁਛ ਕਹਿ ਸਕਦੇ ਨੇ, ਕਹਿ ਦਿੰਦੇ ਨੇ, ਜਿਹੜਾ ਕਿ ਸੁਣਨ 'ਚ ਵੀ ਬਹੁਤ ਅਜੀਬ ਔਰ ਬੁਰਾ ਲੱਗਦਾ। ਹਰ ਤਰ੍ਹਾਂ ਦੇ ਲੋਕ ਨੇ, ਇੱਕ ਵੀ ਹੁੰਦਾ ਕਹਿੰਦੇ ਜਦੋਂ ਕੰਮ ਲੈਣ ਜਾਂਦਾ ਕੋਈ, ਕਹਿੰਦੇ ਉਹਨੂੰ ਕਈ ਵਾਰ ਕੰਮ ਨਹੀਂ ਮਿਲ ਜਾਂਦਾ ਕਿਉਂਕਿ ਬਹੁਤ ਸਾਰੀਆਂ ਮਾਡਲਸ ਜਿਹੜੀਆਂ ਬੈਠੀਆਂ ਹੁੰਦੀਆਂ ਆਲਰੇਡੀ ਇੰਡਸਟਰੀ ਦੇ ਵਿੱਚ, ਉਹਨਾਂ ਨੂੰ ਕੰਮ ਦਿੱਤਾ ਨਹੀਂ ਜਾਂਦਾ, ਉਹ 10,000, 15,000, 20,000 ਦੇ ਵਿੱਚ ਵੀ ਆਉਣ ਨੂੰ ਤਿਆਰ ਹੁੰਦੀ ਹੈ। ਪਰ ਜਿਹੜੇ ਹੁਣ ਨਵੇਂ ਨੇ ਉਹਨੂੰ 1,00,000 ਦੇਣ ਨੂੰ ਵੀ ਤਿਆਰ ਆ, 2,00,000 ਦੇਣ ਨੂੰ ਵੀ ਤਿਆਰ ਹੈਗੇ। ਮੇਰੇ ਕੋਲ ਇੱਦਾਂ ਦੇ ਬਹੁਤ ਕਿੱਸੇ ਸੁਣਾਈ ਦਿੰਦੇ ਨੇ, ਤੁਹਾਨੂੰ ਪਤਾ ਨਹੀਂ ਕਿੱਥੋਂ ਪਤਾ ਚੱਲਿਆ, ਬਟ ਮੈਂ ਦੱਸਾਂ, ਮੇਰੇ ਕੋਲ ਕਈ ਵਾਰੀ ਸਟਰਗਲਿੰਗ ਮਾਡਲਸ ਨਾਲ ਜ਼ਿਆਦਾ ਹੁੰਦਾ, ਜਿਹੜੀ ਅਜੇ ਵਿਚਾਰੀ ਸਟਰਗਲ, ਲੋਕ ਉਹਨਾਂ ਨੂੰ ਆਫਰ ਕਰਦੇ ਨੇ ਕਿ ਇੱਕ ਇੱਦਾਂ ਦਾ ਬੋਲਡ ਸ਼ੂਟ ਹੈ, ਤੁਹਾਨੂੰ 50,000, 1,00,000, 2-2, 3-3 ਲੱਖ ਰੁਪਏ ਵੀ ਆਫਰ ਕਰ ਦਿੰਦੇ ਨੇ, ਮਿਲੇਗਾ ਇੱਕ ਸ਼ੂਟ ਦਾ, ਤੁਸੀਂ ਇਹ ਸ਼ੂਟ ਕਰ ਲਓ। ਮਾਡਲ ਦੇਖ ਕੇ ਵੀ, ਮਾਡਲ ਸਾਹਮਣੇ ਲਈ ਕਿਹੜੀ ਹੈ, ਉਹ ਭਾਵੇਂ ਨਵੀਂ ਹੈ ਭਾਵੇਂ ਨਵੀਂ ਹੈ, ਤਾਂ ਵੀ ਉਹਨੂੰ ਆਫਰ 1,00,000 ਰੁਪਏ ਦੀ ਹੋ ਜਾਂਦੀ ਹੈ। ਅਤੇ ਉਹ ਮਾਡਲ ਨੂੰ ਵੀ ਸਮਝਣਾ ਚਾਹੀਦਾ ਕਿ ਕਿਉਂ ਆਫਰ ਹੋ ਰਹੀ ਹੈ। ਮਾਡਲ ਤਾਂ ਯਾਰ ਇੱਕ ਨੋਰਮਲ ਪ੍ਰਾਈਜ਼ ਜੋ ਹੈਗਾ 10,000 ਤੋਂ 20,000, 30,000, 40,000, 50,000 ਵਿੱਚ ਬਹੁਤ ਅੱਛੀ ਮਾਡਲ ਅਲੱਗ ਅਲੱਗ ਲੇਵਲ 'ਤੇ ਸਭ ਦਾ ਮਿਲ ਜਾਂਦੇ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ। ਤਾਂ ਅਗਰ ਕੋਈ ਕਿਸੇ ਨੂੰ 1,00,000, 2,00,000 ਆਫਰ ਕਰ ਰਿਹਾ ਤਾਂ ਉਹ ਮਾਡਲ ਨੂੰ ਖੁਦ ਹੀ ਸਮਝ ਜਾਣਾ ਚਾਹੀਦਾ। ਇਸ ਤੋਂ ਜ਼ਿਆਦਾ ਮਤਲਬ ਮੈਂ ਹੁਣ ਜ਼ਿਆਦਾ ਵੀ ਡਿਟੇਲ 'ਚ ਕੀ ਦੱਸਾਂ। ਨਹੀਂ ਤੁਸੀਂ ਦੱਸ ਦਿਓ ਡਿਟੇਲ। ਨਹੀਂ ਨਹੀਂ ਮਤਲਬ ਕੋਈ ਅਫਕੋਰਸ ਕਿਉਂ ਨਹੀਂ ਹੋ ਸਕਦਾ, ਇੱਕ ਗੱਲ ਦੱਸੋ ਨਾ, ਇੰਨੇ ਪੈਸੇ ਕਿਉਂ ਦੇਗਾ? ਸ਼ੈਤਾਨ ਦਾ ਦਿਮਾਗ ਕੰਮ ਕਰਦਾ ਉਸ ਵਿੱਚ। ਅਫਕੋਰਸ, ਵਾਈ ਨਾਟ। ਮੈਂ ਉਹੀ ਦੱਸਿਆ ਨਾ, ਕੁਛ ਲੋਕ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਕਈ ਵਾਰੀ ਅਸ਼ੇਮਡ ਫੀਲ ਕਰਨੇ ਆ ਕਿ ਯਾਰ ਇੱਦਾਂ ਕਿਉਂ ਇੰਡਸਟਰੀ ਦੇ ਨਾਲ ਕਿ ਇਹ ਕੁੜੀਆਂ ਦੇ ਨਾਲ ਧੱਕਾ ਕਰਨਾ ਬੰਦ ਕਰੋ। ਨਹੀਂ ਮੇਰੇ ਇੰਨਾ ਜ਼ਰੂਰ ਹੈ, ਮੈਨੂੰ ਲੜਨ ਦੀ ਲੋੜ ਵੀ ਨਹੀਂ ਪਈ ਕਦੀ, ਅਗਰ ਲੋੜ ਪੈਂਦੀ ਤਾਂ ਸ਼ਾਇਦ ਮੈਂ ਲੜ ਵੀ ਜਾਂਦਾ, ਪਿੜ ਵੀ ਜਾਂਦਾ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਜੋ ਰਿਸਪੈਕਟ ਇੰਡਸਟਰੀ 'ਚ ਮਿਲੀ ਔਰ ਕਮਾਈ ਮੈਂ ਮਿਲੀ, ਮਤਲਬ ਕਮਾਈ ਹੈ ਤਾਂ ਹੀ ਮਿਲੀ ਹੈ ਜਿਹੜੇ ਮੁੰਡੇ। ਅੱਛਾ ਚਲੋ ਇੱਕ ਗੱਲ ਹੋਰ ਦੱਸ, ਇਹ ਤਾਂ ਤੁਸੀਂ ਕੁੜੀਆਂ ਕੁੜੀਆਂ ਦੀ ਗੱਲ ਕਰ ਰਹੇ, ਤੁਸੀਂ ਮੁੰਡਿਆਂ ਬਾਰੇ ਨਹੀਂ ਪੁੱਛ ਰਹੇ? ਨਹੀਂ ਤੁਸੀਂ ਪੁੱਛੋ, ਮੈਂ ਦੱਸਦਾ ਜੋ ਚੀਜ਼ ਕੁੜੀਆਂ ਫੇਸ ਕਰਦੀਆਂ ਇਹ ਚੀਜ਼ ਤਾਂ ਮੁੰਡਿਆਂ ਦੇ ਵੀ ਲਾਗੂ ਹੈ। ਮੁੰਡੇ ਹੀ ਵਿਚਾਰੇ ਫੇਸ ਕਰਦੇ ਨੇ, ਪਰੇਸ਼ਾਨ ਹੋ ਜਾਂਦੇ ਨੇ, ਉਹਨਾਂ ਨੂੰ ਕੰਮ ਨਹੀਂ ਇੰਡਸਟਰੀ ਮਿਲਦਾ, ਮੁੰਡਿਆਂ ਨੂੰ ਉਹਨਾਂ ਪਿੱਛੇ ਵੀ ਬੜੇ ਖਰਾਬ ਲੋਕ ਲੱਗੇ ਹੁੰਦੇ ਨੇ। ਮੁੰਡਿਆਂ ਨੂੰ ਵੀ ਇੱਜ਼ਤ ਦਾ ਖਤਰਾ ਹੁੰਦਾ? ਬਿਲਕੁਲ ਹੁੰਦਾ, ਇੱਜ਼ਤ ਦਾ ਖਤਰਾ ਬਿਲਕੁਲ ਹੁੰਦਾ। ਇੰਡਸਟਰੀ ਹਰ ਤਰ੍ਹਾਂ ਦੇ ਲੋਕ ਨੇ ਭਾਜੀ, ਤੁਹਾਨੂੰ ਪਤਾ ਅੱਜ ਦੀ ਡੇਟ 'ਚ ਗੇ ਕਮਿਊਨਿਟੀ ਵੀ ਬੜੀ ਇਹਦੇ 'ਚ ਐਕਟਿਵ ਹੈਗੀ ਹੈ, ਅਤੇ ਕਿਉਂ ਨਹੀਂ ਮੁੰਡਿਆਂ ਨੂੰ ਵੀ ਫੇਸ ਕਰਨੀ ਆਉਂਦੀ ਪੈਂਦੀ ਇਹੀ ਪ੍ਰੋਬਲਮ, ਇਹ ਕੁੜੀਆਂ ਤਾਂ ਸਿਰਫ ਮੇਰੇ ਲਾਗੂ। ਅੱਛਾ ਜੀ, ਹਾਂਜੀ, ਇਹ ਬਹੁਤ ਹੈਰਾਨਜਨਕ ਹੈ। ਹੈਰਾਨਜਨਕ ਸੀਗੀ, ਹੁਣ ਤਾਂ ਮੈਨੂੰ ਲੱਗਦਾ ਹੈ ਥੋੜ੍ਹਾ ਜਿਹਾ ਆਮ ਤਾਂ ਨਹੀਂ ਹੋਈ, ਲੇਕਿਨ ਫਿਰ ਵੀ ਹੁਣ ਕਾਫੀ ਲੋਕਾਂ ਨੂੰ ਪਤਾ ਹੌਲੀ ਹੌਲੀ ਲੱਗ ਹੀ ਜਾਂਦਾ। ਓਕੇ ਸਰ, ਤੁਹਾਡੇ ਲਿੰਕ ਫਿਰ ਕਿੱਥੋਂ ਤੱਕ ਨੇ? ਕਿਉਂਕਿ ਇੱਕ ਹੁੰਦਾ ਹੈ ਨਾ, ਜੇ ਮੈਂ 3 ਇੰਡਸਟਰੀ ਦੇ ਨਾਮ ਲੈ ਦਿੱਤੇ ਤੁਸੀਂ, ਬਾਲੀਵੁੱਡ, ਹਾਲੀਵੁੱਡ, ਬਾਲੀਵੁੱਡ, ਬਾਲੀਵੁੱਡ ਤਾਂ ਫਿਰ ਕਿੱਥੋਂ ਤੱਕ ਹੱਥ ਪਾਉਂਦੇ ਹੋ? ਦੇਖੋ ਸਾਡਾ ਕੰਮ ਜਿਹੜਾ ਨਾ, ਸਾਡਾ ਐਡਵਰਟਾਈਜ਼ਿੰਗ ਫੋਟੋਗ੍ਰਾਫੀ ਦਾ, ਸਾਡੇ ਕੋਲ ਹਰ ਤਰ੍ਹਾਂ ਦੇ ਕਲਾਇੰਟ ਨੇ, ਸਾਡੇ ਕਾਰਪੋਰੇਟ ਕਲਾਇੰਟ ਹੁੰਦੇ ਨੇ, ਏਜੰਸੀਜ਼ ਦੇ ਥਰੂ ਕੰਮ ਹੁੰਦਾ, ਉਹ ਸਾਰੇ ਕਾਰਪੋਰੇਟ ਕਲਾਇੰਟ ਹੁੰਦੇ ਨੇ। ਮੈਂ ਲਾਈਫ ਵਿੱਚ ਜਿੰਨੇ ਵੀ ਇੰਡੀਆ ਦੇ ਟੋਪ ਬ੍ਰਾਂਡਸ, ਅਗਰ ਤੁਸੀਂ ਘਰ ਕੋਈ ਚੀਜ਼ ਖਾ ਰਹੇ ਹੋ, ਹੱਥ 'ਚ ਕੋਈ ਚੀਜ਼ ਪਾ ਰਹੇ ਹੋ, ਕੱਪੜੇ, ਸ਼ੂਜ਼, ਕੁਛ ਵੀ ਹੋ ਸਕਦਾ, ਤੁਸੀਂ ਜੈਕਟ ਹੋ, ਚਾਹੇ ਵੁੱਡਲੈਂਡ ਦੀ ਤੁਸੀਂ ਜੈਕਟ ਪਾਈ, ਮਤਲਬ ਇੱਦਾਂ ਕਹਿਣ ਦਾ ਮਤਲਬ ਮੈਂ ਨਾਮ ਨਹੀਂ ਲਾਵਾਂ, ਕੋਈ ਵੀ ਬ੍ਰਾਂਡ ਇਸ ਤਰ੍ਹਾਂ ਦੇ ਬ੍ਰਾਂਡ ਲਈ ਅਸੀਂ ਸ਼ੂਟ ਕਰਦੇ ਹਾਂ। ਉਹਦੇ ਸਾਡੇ ਕੋਲ ਹਾਲੀਵੁੱਡ ਦੇ ਅਤੇ ਨਹੀਂ, ਬਾਲੀਵੁੱਡ ਦੇ ਕਾਫੀ ਫਿਲਮ ਸਟਾਰਸ ਨਾਲ ਅਸੀਂ ਕੰਮ ਕੀਤਾ, ਟੋਪ ਐਂਡ ਮਾਡਲਸ ਨਾਲ ਕੀਤਾ, ਪੰਜਾਬੀ ਦੇ ਕੁਛ ਐਕਟਰਸ ਨਾਲ ਕੀਤਾ। ਓਕੇ, ਸੋ ਕੋਈ ਹੈ ਕਿੱਸਾ ਅਜਿਹਾ ਜਿਹੜਾ ਇੰਟਰਸਟਿੰਗ ਹੋਵੇ ਜਦੋਂ ਤੁਸੀਂ ਗਏ ਹੋਵੋ
ਤੇ ਉਹ ਇੱਕ ਸੀਨ ਐਵੇਂ ਦਾ ਬਣ ਗਿਆ ਹੋਵੇ ਪੂਰਾ ਖਾਸ ਯਾਦਗਾਰ ਤੁਹਾਡਾ? ਐਵੇਂ ਦੇ ਤੇ ਬਹੁਤ ਕਿੱਸੇ ਨੇ, ਤੁਹਾਡੀ ਵੀਡੀਓ ਇੰਨੀ ਮਤਲਬ ਐਕਟਰ ਹੋਵੇ ਕੋਈ ਨਾਮੀ, ਮੈਨੂੰ ਯਾਦ ਹੈ ਕਿ ਜਦ ਮੈਂ ਸਨੀ ਲਿਓਨੀ ਦਾ ਸ਼ੂਟ ਅਸੀਂ ਕਰਨ ਗਏ ਸੀ ਥਾਈਲੈਂਡ, ਬੈਂਕੋਕ ਥਾਈਲੈਂਡ, ਤੇ ਉੱਥੇ ਅਸੀਂ ਇੱਕ ਮਿੰਟ ਵੀਵਰ ਸਾਡੇ ਹੁਣ ਵੀਡੀਓ ਨਹੀਂ ਛੱਡਣਗੇ, ਉਹ ਐਂਡ ਤੱਕ ਦੇਖਣਗੇ, ਸਨੀ ਲਿਓਨੀ ਦਾ ਨਾਮ ਆ ਗਿਆ, ਇੰਟਰਸਟਿੰਗ ਸਟੋਰੀ ਹੈ। ਤੇ ਸਨੀ ਲਿਓਨੀ ਨੂੰ ਇੱਕ ਬ੍ਰਾਂਡ ਹੈਗਾ, ਬ੍ਰਾਂਡ ਨਾਮ ਨਹੀਂ ਬੋਲਣਾ ਚਾਹੀਦਾ, ਬ੍ਰਾਂਡ ਨੇ ਸਾਈਨ ਕੀਤਾ, ਸਭ ਲੋਕ ਟੀ ਵੀ 'ਤੇ ਐਡ ਦੇਖਦੇ ਨੇ, ਸਭ ਨੂੰ ਪਤਾ ਚੱਲ ਗਿਆ ਹੋਏਗਾ ਮੇਰੇ ਬਿਨਾਂ ਬੋਲੇ ਵੀ। ਤਾਂ ਜਦ ਤੁਸੀਂ ਇੰਟਰਸਟਿੰਗ ਦੀ ਗੱਲ ਕੀਤੀ, ਜਦ ਮੈਂ ਵਾਪਿਸ ਆਇਆ ਉਸ ਸ਼ੂਟ ਨੂੰ ਕਰਕੇ ਚਾਰ ਦਿਨ ਬਾਅਦ, ਤਾਂ ਮੇਰੇ ਕੁਛ ਖਾਸ ਜਾਣਕਾਰ ਨਹੀਂ ਦੋਸਤ, ਉਹ ਇੰਨੇ ਐਕਸਾਈਟਿਡ ਸੀਗੇ, ਇੰਨੇ ਐਕਸਾਈਟਿਡ ਸੀਗੇ ਕਿ ਉਹਨਾਂ ਨੇ ਇੱਕ ਪਾਰਟੀ ਥਰੋ ਕੀਤੀ ਇਸ ਖੁਸ਼ੀ 'ਚ ਕਿ ਸਨੀ ਲਿਓਨੀ ਨਾਲ ਮੈਂ ਸ਼ੂਟ ਕਰਕੇ ਆਇਆ। ਅੱਛਾ, ਤੁਹਾਡੇ ਦੋਸਤ ਨੇ ਪਾਰਟੀ ਕਰਤੀ ਇਸ ਖੁਸ਼ੀ 'ਚ ਸ਼ੂਟ ਕਰਕੇ ਉਹਨਾਂ ਨਾਲ? ਹਾਂ, ਅਤੇ ਲੋਕ ਬਹੁਤ ਕਰੇਜ਼ੀ ਹੁੰਦੇ ਨੇ ਸੈਲੀਬ੍ਰਿਟੀਜ਼ ਨੂੰ ਲੈ ਕੇ ਔਰ ਫਿਲਮ ਸਟਾਰਸ ਨੂੰ ਲੈ ਕੇ, ਔਰ ਖਾਸ ਤੌਰ 'ਤੇ ਅਗਰ ਸਨੀ ਲਿਓਨੀ ਦਾ ਨਾਮ ਆ ਜਾਏ ਤਾਂ। ਅੱਛਾ, ਉਹ ਫੋਟੋ ਤੁਹਾਡੇ ਕੋਲ ਅੱਜ ਵੀ ਸਾਂਭ ਕੇ ਰੱਖਿਆ ਹੋਣਾ? ਆਫਕੋਰਸ, ਟੀ ਵੀ 'ਤੇ ਵੀ ਲੋਕ ਐਡ ਦੇਖਦੇ ਨੇ, ਔਰ ਇੱਕ ਉਸ ਮਾਡਲ ਨੇ ਸਨੀ ਲਿਓਨੀ ਨੇ ਉਸ ਬ੍ਰਾਂਡ ਨੂੰ ਇੰਡੀਆ ਦਾ ਨੰਬਰ 1 ਬ੍ਰਾਂਡ ਬਣਾ ਦਿੱਤਾ ਵਿਦ ਇਨ ਮੰਥਸ। ਸੋ ਪਾਵਰ ਹੁੰਦੀ ਹੈ ਫਿਲਮ ਸਟਾਰ ਵਿੱਚ। ਕੋਈ ਤੁਹਾਨੂੰ ਕੋਈ ਗੱਲ ਕੀ ਜਾਂ ਤੁਹਾਡੀ ਕੋਈ ਕਨਵਰਸੇਸ਼ਨ ਹੋਈ ਹੋਵੇ ਕਿਨਾਂ ਨਾਲ? ਸਨੀ ਲਿਓਨੀ ਅਸੀਂ 3 ਦਿਨ ਇਕੱਠੇ ਹੀ ਸੀਗੇ, ਇਕੱਠੇ ਖਾਣਾ ਪੀਣਾ, ਕਨਵਰਸੇਸ਼ਨ ਖਾਸ ਗੱਲ ਹੁੰਦੀ, ਬੜੀ ਅੱਛੀ ਸੀਗੀ ਜਿਹੜੀ ਮੈਨੂੰ ਬੜੀ ਵਧੀਆ ਲੱਗੀ। ਤਾਂ ਉਹਨੂੰ ਪੰਜਾਬੀ ਸ਼ਾਇਦ ਬੋਲਣ ਦਾ ਮੌਕਾ ਨਹੀਂ ਮਿਲਦਾ ਸੀਗਾ, ਤਾਂ ਉਹਨੇ ਮੈਨੂੰ ਕਿਹਾ ਕਿ ਪਰਮ ਸਰ, ਆਈ ਵਾਂਟ ਟੂ ਸਪੀਕ ਟੂ ਯੂ ਇਨ ਪੰਜਾਬੀ, ਲਾਈਕ ਵੀ ਆਰ ਹੇਅਰ ਇਨ ਸ਼ੂਟਿੰਗ ਇਨ ਥਾਈਲੈਂਡ ਫੋਰ 2-3 ਡੇਜ਼, ਸੋ ਆਈ ਵਾਂਟ ਯੂ ਟੂ ਸਪੀਕ ਇਨ ਪੰਜਾਬੀ, ਕਿ ਮੈਨੂੰ ਪੰਜਾਬੀ ਬੋਲਣ ਦਾ ਮੌਕਾ ਨਹੀਂ ਮਿਲਦਾ, ਮੈਂ ਕੈਨੇਡਾ 'ਚ ਪੜ੍ਹੀ ਹਾਂ, ਵੱਡੀ ਹੋਈ ਹਾਂ, ਉੱਥੇ ਪੱਲੀ ਹਾਂ, ਇੱਥੇ ਬੰਬੇ 'ਚ ਵੀ ਕੋਈ ਪੰਜਾਬੀ 'ਚ ਗੱਲ ਨਹੀਂ ਕਰਦਾ, ਅਤੇ ਮੈਨੂੰ ਅਗਰ ਤੁਸੀਂ ਕੰਫਰਟੇਬਲ ਹੋ ਤਾਂ ਆਪਾਂ ਪੰਜਾਬੀ 'ਚ ਗੱਲ ਕਰੀਏ। ਉਹ 3 ਦਿਨ ਜੋ ਰੌਣਕ ਅਸੀਂ ਪੰਜਾਬੀ 'ਚ ਲਾਈ, ਬਾਕੀ ਸਭ ਲੋਕ ਹੱਸਦੇ ਵੀ ਸੀਗੇ ਸਾਡੀ ਗੱਲਾਂ ਸੁਣ ਕੇ, ਉਹਨਾਂ ਦਾ ਐਕਸੈਂਟ ਵੀ ਥੋੜ੍ਹਾ ਕੈਨੇਡੀਅਨ ਪੰਜਾਬੀ ਦਾ ਸੀਗਾ, ਤਾਂ ਦੈਟ ਵਾਜ਼ ਏ ਗ੍ਰੇਟ ਫਨ। ਸਰ, ਕੋਈ ਹੋਰ ਜਾਂਦੇ ਆਪਣੇ ਚਾਹ ਨਾ ਲੈਣ ਨੂੰ ਸੁਨੇਹਾ? ਮੈਂ ਦੇਖੋ, ਹੁਣੇ ਆਪਾਂ ਗੱਲ ਕਰ ਰਹੇ ਸੀ ਮਾਡਲਸ ਨੂੰ ਲੈ ਕੇ ਨਾ, ਮੁੰਡੇ ਕੁੜੀਆਂ ਲਈ, ਮੈਂ ਇੱਕ ਚੀਜ਼ ਕਹਿਣਾ ਚਾਹ ਰਿਹਾ ਸੀ ਕਿ ਤੁਸੀਂ ਕਿਹਾ ਕਿ ਕਿਧਰੇ ਕੋਈ ਟੱਕਰ ਲੈਣੀ ਪਈ ਇਸ ਚੀਜ਼ ਨੂੰ ਲੈ ਕੇ, ਉਸ ਚੀਜ਼ ਦੀ ਲੋੜ ਨਹੀਂ ਪਈ, ਕਿਉਂਕਿ ਜਦ ਵੀ ਮੇਰੇ ਥਰੂ ਜੋ ਵੀ ਮਾਡਲਸ ਕੰਮ ਕਰਕੇ ਗਏ, ਮੈਂ ਉਹਨਾਂ ਨੂੰ ਇੱਕੋ ਚੀਜ਼ ਸਮਝਾਉਂਦਾ ਸੀਗਾ ਕਿ ਤੁਸੀਂ ਗਲਤ ਨਹੀਂ ਹੋਣਾ, ਯੂ ਸ਼ੁਡਨ ਬੀ ਰੋਂਗ, ਤੁਸੀਂ ਹਥਿਆਰ ਨਹੀਂ ਪਾਉਣਾ ਕਿਸੇ ਅੱਗੇ, ਤੁਸੀਂ ਸਟਰੋਂਗ ਰਹੋ, ਕੋਈ ਤੁਹਾਨੂੰ ਕੁਛ ਨਹੀਂ ਕਹਿ ਸਕਦਾ। ਔਰ ਜਿੱਥੇ ਤੱਕ ਗੱਲ ਰਹੀ ਦਿੱਲੀ ਔਰ ਬੰਬੇ ਦੋ ਸ਼ਹਿਰਾਂ ਦੀ, ਜਿੱਥੇ ਵੀ ਦਿੱਕਤ ਹੋਏ ਉਹਨਾਂ ਨੂੰ ਮੇਰਾ ਨਾਮ ਲੈ ਦੇਣਾ ਕਿ ਮੈਂ ਪਰਮਜੀਤ ਚਾਵਲਾ ਸਰ ਕੋਲੋਂ ਪੋਰਟਫੋਲੀਓ ਕਰਾਇਆ ਔਰ ਮੈਂ ਉੱਥੋਂ ਆਇਆ, ਉਹਨਾਂ ਦਾ ਹੱਥ ਮੇਰੇ ਸਿਰ 'ਤੇ ਆ, ਤੁਹਾਨੂੰ ਕੋਈ ਕੁਛ ਨਹੀਂ ਕਹਿ ਸਕਦਾ ਇਸ ਚੀਜ਼ ਦੀ, ਮੇਰੀ ਗਰੰਟੀ ਨਹੀਂ ਤਾਂ ਉੱਥੋਂ ਫੋਨ ਕਰ ਦੇਣਾ। ਜੀ, ਬਹੁਤ ਸ਼ੁਕਰੀਆ ਸਰ ਸਮਾਂ ਦੇਣ ਦੇ ਲਈ। ਥੈਂਕ ਯੂ ਜੀ ਜਗੀ ਜੀ, ਥੈਂਕਸ, ਤੁਸੀਂ ਇੰਨੀ ਪਿਆਰੀ ਪਿਆਰੀ ਗੱਲਾਂ ਦੱਸਣ ਦਾ ਮੌਕਾ ਦਿੱਤਾ ਸਾਨੂੰ, ਲੋਕਾਂ ਨੂੰ। ਮੈਂ ਚਾਹੁੰਦਾ ਇਸ ਬਾਰੇ, ਤੁਸੀਂ ਇੱਕ ਸੁਨੇਹੇ ਦੀ ਗੱਲ ਕੀਤੀ ਸੀ, ਉਹ ਮੈਂ ਜ਼ਰੂਰ ਕਹਿਣਾ ਚਾਹਾਂਗਾ। ਅੱਜ ਦੀ ਡੇਟ ਜਿੰਨੇ ਵੀ ਮੁੰਡੇ ਕੁੜੀਆਂ ਇਸ ਇੰਡਸਟਰੀ 'ਚ ਆ ਰਹੇ ਨੇ, ਮੈਂ ਉਹਨਾਂ ਨੂੰ ਸਭ ਨੂੰ ਇੱਕੋ ਹੀ ਗੱਲ ਕਹਾਂਗਾ, ਅਗਰ ਤੁਸੀਂ ਮਾਡਲਿੰਗ ਔਰ ਐਕਟਿੰਗ ਕਰਨ ਆਇਓ, ਸਿਰਫ ਉੱਥੇ ਹੀ ਫੋਕਸ ਕਰੋ, ਬਾਕੀ ਗੱਲਾਂ ਛੱਡ ਦਿਓ, ਦੂਜਿਆਂ ਨਾਲ ਕੰਪੇਅਰ ਨਾ ਕਰੋ ਆਪਣੇ ਆਪ ਨੂੰ, ਆਪਣਾ ਟੈਲੈਂਟ ਜਿਹੜਾ ਹੈਗਾ ਉਹਨੂੰ ਪੋਲਿਸ਼ ਕਰੋ। ਲੋਕ ਕਿਸੇ ਵੀ ਚੀਜ਼ ਤੋਂ ਪੈਸਾ ਕਮਾਉਣ ਲਈ ਔਰ ਇੱਜ਼ਤ ਕਮਾਉਣ ਲਈ ਔਰ ਕੋਈ ਅਹੁਦਾ ਕਮਾਉਣ ਲਈ 5-5, 10-10 ਸਾਲ ਲਗਾਉਂਦੇ ਨੇ, ਕੋਈ ਪ੍ਰੋਫੈਸ਼ਨਲ ਡਿਗਰੀ ਕਰਦਾ, ਕੋਈ ਕੁਛ ਕਰਦਾ, ਮਿਹਨਤ ਕਰਦਾ 4 ਸਾਲ ਡਾਕਟਰੀ ਲਈ, ਇੰਜੀਨੀਅਰਿੰਗ ਲਈ, ਕਿਸੇ ਚੀਜ਼ ਲਈ, ਵਾਈ ਨੋਟ ਇਨ ਮਾਡਲਿੰਗ ਔਰ ਐਕਟਿੰਗ।
ਤੁਸੀਂ ਆਪਣਾ ਬੋਡੀ ਦਾ ਧਿਆਨ ਰੱਖੋ, ਪੂਰੇ ਕਿਸੇ ਕੋਲੋਂ ਵੀ ਗਾਈਡੈਂਸ ਲਓ, ਕੁਛ ਕੋਰਸ ਕਰ ਲਓ, ਆਪਣੇ ਆਪ ਨੂੰ ਫਿੱਟ ਰੱਖੋ, ਮਾਡਲਿੰਗ ਔਰ ਐਕਟਿੰਗ 'ਤੇ ਪੂਰਾ ਫੋਕਸ ਕਰਕੇ ਸਿੱਖ ਕੇ ਫਿਰ ਮੈਦਾਨ 'ਚ ਉਤਰੋ। ਕੋਈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸਟਰਗਲ ਕਰਨ ਵੇਲੇ ਬਹੁਤ ਸੌਖਾ, ਸਟਰਗਲ ਤਾਂ ਵੀ ਕਰਨੀ ਪਏਗੀ ਲੇਕਿਨ ਤੁਹਾਨੂੰ ਬਹੁਤ ਸੌਖੀ ਹੋ ਜਾਏਗੀ ਸਟਰਗਲਿੰਗ ਕਰਨੀ, ਲੇਕਿਨ ਪਹਿਲੇ ਮਾਡਲਿੰਗ ਔਰ ਐਕਟਿੰਗ ਨੂੰ ਇਹ ਈਜ਼ੀ ਨਾ ਲਓ, ਉਹਦੇ ਬਾਰੇ ਪੂਰੀ ਸਟੱਡੀ ਕਰਕੇ, ਰਿਸਰਚ ਕਰਕੇ, ਪ੍ਰੈਕਟਿਸ ਕਰਕੇ ਫਿਰ ਤੁਸੀਂ ਆਓ। ਦੇਖੋ ਤੁਹਾਨੂੰ ਕਿੰਨਾ ਇੱਜ਼ਤ ਮਿਲੇਗੀ, ਕਿੰਨਾ ਪੈਸਾ ਤੁਸੀਂ ਕਮਾ ਪਾਓਗੇ, ਕਿੰਨਾ ਕਾਮਯਾਬ ਹੋ ਜਾਓਗੇ। ਪੈਸੇ ਦੀ ਆਪਾਂ ਗੱਲ ਹੀ ਨਹੀਂ ਕਰਦੇ, ਮੇਨ ਗੱਲ ਹੈ ਕਾਮਯਾਬ। ਉਹ ਕਹਿੰਦੇ ਨੇ ਤੁਸੀਂ ਆਰਟ ਨੂੰ ਫੋਲੋ ਕਰੋ, ਪੈਸਾ ਆਪਣੇ ਆਪ ਆਰਟ ਨੂੰ ਫੋਲੋ। ਅਤੇ ਮਾਡਲਸ ਨੂੰ ਬਸ ਆਪਣੇ ਕੰਮ 'ਤੇ ਫੋਕਸ ਰੱਖਣਾ, ਇੱਧਰ ਉੱਧਰ ਦੀ ਸੁਣਨ ਦੀ ਗੱਲਾਂ ਦੀ ਬਜਾਏ ਲੋਕਾਂ ਦੀ, ਜਿੱਥੇ ਤੁਹਾਨੂੰ ਨਹੀਂ ਲੱਗਿਆ ਕੋਈ ਡਿਸਕੰਫਰਟ ਕਰ ਰਿਹਾ ਕੋਈ ਵੀ ਇੰਡਸਟਰੀ ਦਾ ਬੰਦਾ, ਤੁਸੀਂ ਉਹਦੇ ਨਾਲ ਕੰਮ ਨਹੀਂ ਕਰੋ, ਉੱਥੋਂ ਵਾਪਸ ਆ ਜਾਓ, ਤੁਹਾਡਾ ਕੋਈ ਹੱਥ ਨਹੀਂ ਫੜ ਸਕਦਾ, ਉਹ ਜ਼ਮਾਨਾ ਚਲਾ ਗਿਆ, ਕੋਈ ਤੁਹਾਨੂੰ ਟੱਚ ਨਹੀਂ ਕਰ ਸਕਦਾ। ਅਤੇ ਇਹ ਆਪਣੇ ਹੱਥ 'ਚ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਸਿਕਿਓਰ ਕਰਨਾ, ਔਰ ਪੂਰਾ ਟ੍ਰੇਨ ਹੋ ਕੇ ਜਾਓ, ਬਸ ਰੋ ਨਾ ਜਾਓ ਉੱਥੇ ਜਾ ਕੇ, ਇਹ ਨਾ ਦੱਸੋ ਕਿ ਮੈਂ ਬਿਲਕੁਲ ਨਵਾਂ, ਮੈਨੂੰ ਨਹੀਂ ਪਤਾ, ਬਸ ਇੰਨਾ ਮੈਂ ਜ਼ਰੂਰ ਕਹਿਣਾ ਚਾਹੁੰਦਾ। ਬਹੁਤ ਸ਼ੁਕਰੀਆ ਸਰ, ਸਮਾਂ ਦੇਣ ਦਾ। ਥੈਂਕ ਯੂ ਜੀ, ਥੈਂਕ ਯੂ ਜੀ ਸਰ।